ਸ਼ਰੀਕਾ ਤੇ ਭਾਈਚਾਰਾ ਉਦੋਂ ਸ਼ਰੀਕੇ ਬਾਜ਼ੀ ਬਣ ਜਾਵੇ ਜਦ ਭਰਾ ਭਰਾ ਤੋਂ ਵੱਧ ਕੇ ਜ਼ਮੀਨ ਤੇ ਹੱਕ ਜਿਤਾਵੇ। ਜ਼ਮੀਨ ਤੇ ਪਾਈਆਂ ਵੰਡਾਂ ਦੀਆਂ ਕੱਚੀਆਂ ਜੀਆਂ ਵੱਟਾਂ ਜਿਨ੍ਹਾਂ ਪਿੱਛੇ ਲੜ ਲੜ ਮਰ ਗਏ ਜੱਟ ਪੰਜਾਬ ਚ ਲੱਖਾਂ। ਜੱਟ ਜ਼ਮੀਨ ਦਾ ਰਿਸ਼ਤਾ ਲੋਕੋ ਸਭ ਰਿਸ਼ਤਿਆਂ ਤੋਂ ਨਿਆਰਾ। ਇਸ ਰਿਸ਼ਤੇ ਵਿੱਚ ਜੱਟਾਂ ਦਾ ਇਤਿਹਾਸ ਸਮਾਇਆ ਸਾਰਾ। ਕੀ ਹੋ ਰਿਹਾ, ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ। ਸੋ ਦੋਸਤੋ, ਕੀਵੀ ਟੀਵੀ ਇੱਕ ਵਾਰ ਫਿਰ ਤੁਹਾਡੇ ਤੱਕ ਲੈ ਕੇ ਆਇਆ ਜੀ ਨਵੀਂ ਰਿਲੀਜ਼ ਹੋਈ ਮੂਵੀ ਸ਼ਰੀਕ ਦੇ ਰਿਵਿਊ। ਜੀ ਹਾਂ, ਸੋ ਦੋਸਤੋ, ਹਾਊਸਫੁੱਲ ਜਿਹੜਾ ਹੋ ਚੁੱਕਿਆ ਜੀ ਸਾਡੇ ਆਉਣ ਤੋਂ ਪਹਿਲਾਂ ਹੀ। ਜਿਹੜੇ ਦਰਸ਼ਕ ਨੇ ਆਲਰੇਡੀ ਜਿਹੜੀਆਂ ਸੀਟਾਂ ਮੱਲ ਕੇ ਬੈਠ ਚੁੱਕੇ ਨੇ, ਜਿੰਮੀ ਸ਼ੇਰਗਿੱਲ ਦੀ ਜਿਹੜੀ ਲੋਕਪ੍ਰਿਯਤਾ ਉਹ ਇੱਕ ਵਾਰ ਫਿਰ ਸਿਰ ਚੜ੍ਹ ਕੇ ਬੋਲ ਰਹੀ ਹੈ। ਸੋ ਸ਼ਰੀਕ ਮੂਵੀ ਦੀ ਜਿਹੜੇ ਟ੍ਰੇਲਰ ਦੇਖੇ ਨੇ, ਜ਼ਮੀਨੀ ਹਕੀਕਤ ਦੇ ਜਿਹੜੀ ਮੂਵੀ ਹੈ ਉਹ ਬਿਲਕੁਲ ਨੇੜੇ ਲੱਗਦੀ ਹੈ। ਬਾਕੀ ਜਦੋਂ ਅਸੀਂ ਮੂਵੀ ਦੇਖ ਕੇ ਜਿਹੜੇ ਦਰਸ਼ਕ ਆਉਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਨੂੰ ਪੁੱਛਾਂਗਾ ਕਿ ਉਹਨਾਂ ਨੂੰ ਮੂਵੀ ਕਿੱਦਾਂ ਲੱਗੀ। ਸੋ ਠੀਕ ਹੈ ਜੀ, ਆਫਰ ਚੱਲੀਏ ਦੇਖਣ ਸ਼ਰੀਕ। ਜੇ ਜੱਟ ਪੁੰਗਰ ਪਿਆ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ। ਰੱਬਾ ਪਿਆਰ ਦਿੱਤਾ ਉਮਰਾਂ ਵੀ ਦੇ ਲੰਮੀਆਂ, ਪੰਜਾਬੀ ਮੂਵੀਜ਼ ਨੂੰ ਦੇਖ ਕੇ ਅੱਜ ਕੱਲ੍ਹ ਖੁਸ਼ੀ ਹੁੰਦੀ ਹੈ ਜਿਸ ਲੈਵਲ ਦੀਆਂ ਪੰਜਾਬੀ ਮੂਵੀਜ਼ ਬਣਨ ਲੱਗੀਆਂ, ਅਤੇ ਬਹੁਤ ਵਧੀਆ। ਬਟ ਹੋਰ ਵੀ ਵਧੀਆ ਹੁੰਦਾ ਜੇ ਇਹਦੇ 'ਚ ਕਿ ਸ਼ਰੀਕੇਦਾਰੀ ਨੂੰ ਖਤਮ ਕਰਨ ਵਾਸਤੇ ਕੋਈ ਮੈਸੇਜ ਦਿੱਤਾ ਜਾਂਦਾ। ਬਟ ਅਵਸਰ ਮੂਵੀ ਵਧੀਆ ਸੀਗੀ, ਪਰ ਬਹੁਤ ਹੀ ਬੱਚਿਆਂ ਦੇ ਦੇਖਣ ਵਾਲੀ ਮੂਵੀ ਨਹੀਂ ਜੀ, ਥੋੜ੍ਹੀ ਜਿਹੀ ਮਾਰ ਧਾੜ ਸੀ। ਵੈਸੇ ਕੁੱਲ ਮਿਲਾ ਕੇ ਮੂਵੀ ਵਧੀਆ ਸੀ, ਬਹੁਤ ਵਧੀਆ ਸੀ। ਲਿਰਿਕਸ ਪੂਰੀ ਸਿਚੁਏਸ਼ਨ ਦੇ ਨਾਲ ਮੈਚ ਕਰ ਰਹੇ, ਸੋਹਣੇ ਸੀ। ਪੈਸਾ ਵਸੂਲ ਹਾਂਜੀ ਸਹੀ ਆ, ਸੱਚਾਈ ਦੇ ਬਹੁਤ ਨੇੜੇ ਆ ਜੀ। ਹਾਂਜੀ, ਫਿਲਮ ਪੁਰਾਣੇ ਟਾਈਮ ਦੇ ਹਿਸਾਬ ਨਾਲ ਵਧੀਆ ਸੀ, ਅਤੇ ਅੱਜ ਤਾਂ ਅੱਜ ਕੱਲ੍ਹ ਘੱਟ ਚੱਲਦੀ ਹੈ, ਪਰ ਉੱਦਾਂ ਇਹਨਾਂ ਚੀਜ਼ਾਂ 'ਚ ਰੱਖਿਆ ਕੁਛ ਨਹੀਂ। ਬਟ ਇਹ ਅੱਜ ਕੱਲ੍ਹ ਹੁੰਦੀਆਂ ਵਿੱਚ ਇਜ ਨੋਟ ਵਾਈਟ ਆਪਣੇ ਤਿਆਰ ਬਹੁਤ ਵਧੀਆ ਐਕਟਿੰਗ ਜਿੰਨੇ ਵੀ ਦਰਸ਼ਕ ਮੂਵੀ ਦੇਖ ਕੇ ਆਏ ਸੀ ਸਾਰਿਆਂ ਨੇ ਆਪਦੇ ਆਪਦੇ ਰਿਵਿਊ ਦਿੱਤੇ ਆ ਜੀ। ਸੋ ਤੁਸੀਂ ਵੀ ਮੂਵੀ ਜ਼ਰੂਰ ਦੇਖਣ ਜਾ ਸਕਦੇ ਹੋ ਆਪਦੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਸ਼ਰੀਕ ਜਿਹੜੀ ਆ ਉਹ ਰਿਲੀਜ਼ ਹੋ ਚੁੱਕੀ ਆ ਵਰਲਡ ਵਾਈਡ। ਸੋ ਦੋਸਤੋ, ਅਗਲੀ ਵਾਰ ਫਿਰ ਮਿਲਾਂਗੇ ਕੀਵੀ ਟੀਵੀ ਤੋਂ ਹੋਰ ਮੂਵੀ ਦੇ ਰਿਵਿਊਜ਼ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਨਮਸਤੇ, ਬਾਏ ਬਾਏ, ਟਾਟਾ। ਪਿਓ ਦਾਦੇ ਦੀ ਜਾਇਦਾਦ ਕਿਸੇ ਨਾਲ ਨਹੀਂ ਲੈ ਜਾਣੀ, ਇਹ ਧਰਤੀ ਤੇ ਇੱਥੇ ਹੀ ਸੀ ਤੇ ਇੱਥੇ ਹੀ ਰਹਿ ਜਾਣੀ, ਇਹ ਧਰਤੀ ਤੇ ਇੱਥੇ ਹੀ ਸੀ ਤੇ ਇੱਥੇ ਹੀ ਰਹਿ ਜਾਣੀ।